तेनु गुरु घर दे रमाले दे के तेनु दोबारे भी दसदा भी मैं एक दी गल कीती आ, तू मैनू ओ गल दा जवाब दे जिहड़े लखां रुपया दे रमाले दरियावां च रोड़े जांदे आ। दूसरे पक्ष ते आ जिहड़ा तू कह रिहा गुरु घर दुध ना धोते जांदे आ, ਉਹ ਪਹਿਲਾਂ ਮੈਨੂੰ ਇਹ ਦੱਸ ਵੀ ਗੁਰੂ ਘਰ ਦੁੱਧ ਨਾਲ ਧੋਤੇ ਜਾਂਦੇ ਆ ਜਾਂ ਕੱਚੀ ਲੱਸੀ ਨਾਲ ਧੋਤੇ ਜਾਂਦੇ ਆ, ਅੱਜ ਤੀਕਾਂ ਤੇ ਤੈਨੂੰ ਇਹਦਾ ਹੀ ਨਹੀਂ ਪਤਾ ਲੱਗਾ, ਗੱਲ ਤੂੰ ਕਰਦੀ ਉੱਥੇ ਟੀਵੀ ਚੈਨਲ ਤੇ। ਮੈਂ ਆਪਦੇ ਅੱਖੀ ਦਰਬਾਰ ਸਾਹਿਬ ਦੇਖ ਕੇ ਆਇਆ, ਠੀਕ ਆ। ਅੱਛਾ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ ਦੱਸੀ ਮੇਰਾ ਵੀਰ, ਕੱਲੀ ਹੋਰ ਸੁਣ ਲਾ, ਕੱਲੀ ਹੋਰ ਗੱਲ ਸੁਣ ਲਾ। ਨਹੀਂ ਨਹੀਂ, ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ ਆ, ਪਹਿਲਾਂ ਇਹ ਦੱਸ ਉਹ ਦੁੱਧ ਹੁੰਦਾ ਕਿ ਕੱਚੀ ਲੱਸੀ ਹੁੰਦੀ ਹੁੰਦਾ। ਉਹ ਜਾ ਵੇ ਮੇਰਾ ਵੀਰਿਆ, ਕਿੱਥੇ ਰਹਿ ਗਿਆ, ਕਿੱਥੇ ਵੇਖ ਕੇ ਆਇਆ ਮੇਰਾ ਵੀਰ। ਚਾ ਹੁਣ ਜਦੋਂ ਅਗਲੀ ਵਾਰੀ ਜਾਏਗਾ ਨਾ ਵੀਰ ਮੇਰਾ, ਜਦੋਂ ਸੰਗਮਰਮਰ ਲੱਗਾ ਵਾ ਉਹਨਾਂ ਨੂੰ ਉਹ ਕੱਚੀ ਧੋਂਦੇ ਆ, ਐਂਟੀਬਾਇਓਟਿਕ ਨੀ ਵਰਤਦੇ, ਕੋਈ ਵੀ ਕੈਮੀਕਲ ਨੀ ਵਰਤਦੇ, ਉਹ ਇੱਕ ਵਧੀਆ ਜਾਨੀ ਕਿ ਐਂਟੀਬਾਇਓਟਿਕ ਆ ਕੱਚੀ ਲੱਸੀ, ਜਿਹੜੀ ਪੱਥਰ ਦੀ ਆਪਣਾ ਚਮਕ ਵੀ ਬਰਕਰਾਰ ਰੱਖਦੀ ਆ ਤੇ ਬੈਕਟੀਰੀਆ ਨੂੰ ਵੀ ਨਾਸ਼ ਕਰਦੀ ਆ। ਕਿਤੇ ਪੜ੍ਹ ਕੇ ਵੇਖ ਲਈ ਮੇਰਾ ਵੀਰ, ਉਹਦਾ ਕੱਚੀ ਲੱਸੀ ਦੇ ਉੱਤੇ ਅਧਿਐਨ ਕਰਕੇ ਦੇਖ ਲਈ। ਵੀਰ ਮੇਰਾ ਦੁੱਧ ਚ ਥੰਧਿਆਈ ਹੁੰਦੀ ਆ, ਤਦੇ ਤੇ ਤੈਨੂੰ ਕਹਿ ਰਿਹਾ ਵੀ ਉਹ ਕੱਚੀ ਲੱਸੀ ਵਰਤੀ ਜਾਂਦੀ ਆ, ਕਦੇ ਤੈਨੂੰ ਦਾਗ ਦਿਖਿਆ ਉਹਦੇ? ਚੱਲ ਹੁਣ ਇਸ ਗੱਲ ਤੇ ਆ ਜਾਈਏ ਵੀ ਜਿਹੜਾ ਗੁਰੂ ਘਰ ਦਾ ਤੂੰ ਵੀਰ ਮੇਰਾ ਜਿਹੜਾ ਗੁਰੂ ਘਰ ਤੇ ਏਸੀ ਤੇ ਤੂੰ ਕਨਸੈਪਟ ਕੀਤਾ, ਤੂੰ ਦੱਸ ਦੇ ਵੀ ਹੁਣ ਜੇ ਤੈਨੂੰ ਗੁਰੂ ਘਰ ਦਾ ਪ੍ਰਬੰਧ ਦੇ ਦਿੱਤਾ ਜਾਵੇ ਤੇ ਤੂੰ ਗੁਰੂ ਘਰ ਨੂੰ ਕਿਸ ਤਰੀਕੇ ਨਾਲ ਚਲਾਵੇਂਗਾ? ਦੱਸ, ਇੱਕੋ ਰੁਮਾਲਾ ਰੱਖੇਗਾ ਸਾਰਾ ਸਾਲ ਗੁਰੂ ਸਾਹਿਬ ਤੇ? ਤੂੰ ਦੱਸ ਵੀ ਤੂੰ ਗੁਰੂ ਮਹਾਰਾਜ ਜੀ ਦੇ ਇੱਕੋ ਰੁਮਾਲਾ ਰੱਖੇਗਾ ਸਾਰਾ ਸਾਲ? ਇਸ ਗੱਲ ਤੇ ਜਵਾਬ ਲੈ ਲਾ, ਇਸ ਗੱਲ ਤੇ ਜਵਾਬ ਲੈ ਲਾ। ਦੱਸ ਫਿਰ ਮੈਨੂੰ ਐਂ ਦੱਸ, ਫਿਰ ਜਿਹੜੇ ਗੁਰੂ ਨਾਨਕ ਦੇਵ ਨੇ ਜਾ ਕੇ ਪਖੰਡ ਪਾਠ ਦਾ ਖਨਨ ਕੀਤਾ, ਜਿਹਨੇ ਉਹਦਾ ਖਨਨ ਕੀਤਾ, ਉਹ ਪਾਣੀ ਦਾ ਉਹ ਤਾਂ ਉਹਨਾਂ ਨੂੰ ਸੁਣ ਲਾ ਗੱਲ ਦੱਸ, ਜਿਹੜੀ ਜਦੋਂ ਪਾਣੀ ਜਾ ਕੇ ਪਿੱਤਰਾਂ ਵਾਲੀ ਪਾਣੀ ਵਾਲੀ ਗੱਲ ਚੱਲੀ ਕਿ ਉਹਨਾਂ ਨੇ ਪਾਣੀ ਖੇਤਾਂ ਨੂੰ ਦੇਣਾ ਸ਼ੁਰੂ ਕੀਤਾ, ਉਹਨਾਂ ਦੀ ਸ਼ਰਧਾ ਸੀ ਉਹ? ਵੀਰ ਮੇਰਾ ਸੀ। ਅੱਛਾ, ਜਾਨੀ ਕਿ ਤੂੰ ਹੁਣ ਸੂਰਜ ਦੇ ਪਾਣੀ ਦੇ ਨਾਲ ਗੁਰੂ ਮਹਾਰਾਜ ਜੀ ਦੀ ਤੁਲਨਾ ਕਰ ਰਿਹਾ ਹੈ? ਜਿਹੜਾ ਉਹ ਪਖੰਡ ਕਰਦੇ ਸੀ, ਤੂੰ ਗੁਰੂ ਘਰ ਦੀ ਨਿਤ ਮਰਿਆਦਾ ਨੂੰ ਉਸ ਪਖੰਡ ਨਾਲ ਜੋੜ ਰਿਹਾ, ਤੇਰੇ ਕਹਿਣ ਦਾ ਭਾਵ ਵੀ ਤੈਨੂੰ ਸਤਿਕਾਰ ਨੀ ਦੇਖ ਰਿਹਾ, ਤੈਨੂੰ ਪਖੰਡ ਦੇਖ ਰਿਹਾ ਗੁਰੂ ਮਹਾਰਾਜ ਜੀ? ਵੀਰ ਮੈਂ ਪੁਆਇੰਟ ਤੇ ਆ ਰਿਹਾ ਵਾ ਵੀ ਤੈਨੂੰ ਲੱਖੇ ਵੀਰ ਤੈਨੂੰ ਗੁਰੂ ਘਰ ਦਾ ਸਤਿਕਾਰ ਪਖੰਡ ਦੇਖ ਰਿਹਾ ਇਸ ਵੇਲੇ, ਤੇਰੀ ਮਾਨਸਿਕਤਾ ਦੱਸ ਰਹੀ ਆ ਤੈਨੂੰ ਗੁਰੂ ਘਰ ਦਾ ਸਤਿਕਾਰ ਨੀ ਦੇਖ ਰਿਹਾ। ਜੇ ਕਿਸੇ ਗੁਰੂ ਘਰ ਦਾ ਸਤਿਕਾਰ ਵੇਖਣਾ ਨਾ ਕਿਸੇ ਸਿੱਖੀ ਹਿੰਦੇ ਵਾਲੇ ਕੋਲ ਪੁੱਛ ਕੇ ਵੇਖੀ। ਤੈਨੂੰ ਕਿੰਨੇ ਹੱਕ ਦੇਤਾ? ਮੈਂ ਵੀਰ ਪੂਰੇ ਖਾਲਸਾ ਪੰਥ ਦਾ ਜਿੰਨਾ ਅੰਮ੍ਰਿਤ ਛਕਿਆ ਗੁਰੂ ਘਰ ਦੇ ਵਿੱਚ ਦਾਖਲਾ ਲਿਆ, ਤੂੰ ਦੱਸ ਤੂੰ ਲਿਆ ਅੱਜ ਦੀ? ਮੈਨੂੰ ਖਾਲਸਾ ਪੰਥ ਨੇ ਹੱਕ ਦਿੱਤਾ, ਮੈਂ ਖੰਡੇ ਬਾਟੇ ਦੀ ਪੋਲ ਲਈ ਮੈਂ ਖਾਲਸਾ ਪੰਥ ਚ ਦਾਖਲ ਹੋਇਆ, ਤੂੰ ਦੱਸ ਤੂੰ ਕਿਉਂ ਨੀ ਹੋਇਆ ਅੱਜ ਤੀਕ? ਇਹ ਗੱਲਾਂ ਛੱਡ ਯਾਰ, ਛੱਡ ਕਿਉਂ? ਇਹ ਗੱਲਾਂ ਛੱਡ ਦੇ, ਛੱਡਾਂ ਕਿਉਂ? ਕਿਹਨੇ ਹੱਕ ਦਿੱਤਾ ਕਿ ਤੂੰ ਗੱਲਾਂ ਚ ਠੇਕੇਦਾਰ ਬਣ ਕੇ ਬਹਿਦੇਂਗਾ? ਵੀਰ ਮੇਰਿਆ, ਜਿਹੜੀ ਜਿਹੜੀ ਗੱਲ ਗੁਰੂ ਮਹਾਰਾਜ ਜੀ ਨੇ ਦੋਵਾਂ ਨੂੰ ਗੱਦੀ ਦਿੱਤੀ, ਇੱਕ ਗੁਰੂ ਗ੍ਰੰਥ ਨੂੰ ਇੱਕ ਖਾਲਸਾ ਪੰਥ ਨੂੰ, ਕਦੇ ਪੜਿਆ? ਕਦੇ ਪੜਿਆ ਤੂੰ? ਨਵੀਂ ਪੀੜ੍ਹੀ ਜਿਹੜੀ ਕਲਗੀਧਰ ਦਸ਼ਮੇਸ਼, ਜਿਹੜੀ ਕਲਗੀਧਰ ਦਸ਼ਮੇਸ਼ ਪਿਤਾ ਨੇ ਗੱਦੀ ਕਿਹਨੂੰ ਦਿੱਤੀ? ਨਵੀਂ ਪੀੜ੍ਹੀ ਆ, ਸੋਡੇ ਅਰਗੇ, ਸੋਡੇ ਅਰਗੇ ਜਿਹੜੀ ਕੱਟੜਤਾ ਬੜੀ ਆ ਨਾ, ਸੋਡੇ ਜਿਹੜੇ ਆਪ ਬੜਿਆ ਹੋਇਆ ਇੰਨੀ ਸ਼ਰਧਾ ਹੈ, ਇਸ ਕਰਕੇ ਨਵੀਂ ਪੀੜ੍ਹੀ ਹੈਗੀ ਜਿਹੜੀ ਇਸ ਕੱਟੜ ਤੋਂ ਦੂਰ ਭੱਜ ਰਹੀ ਹੈ। ਅੱਛਾ, ਗੁਰੂ ਘਰ ਦੇ ਸਤਿਕਾਰ ਨੂੰ ਤੈਨੂੰ ਇੰਨੀ ਸ਼ਰਧਾ ਦਿਖਣ ਦੀ ਹੈ? ਤੁਸੀਂ ਕਿਹੜਾ ਗੁਰੂ ਦੇ ਸਿੱਖ ਹੋ ਜੀ, ਤੁਹਾਡੇ ਦਾ ਬਾਲ ਕੱਟੇ ਨੇ ਜੀ, ਤੁਸੀਂ ਪਹਿਲਾਂ ਪੂਰੇ ਸਿੱਖ ਬਣੋ ਜੀ, ਤੁਸੀਂ ਇਹ ਕਰੋ ਜੀ, ਉਹ ਕਰੋ। ਵੀਰ ਮੇਰਾ ਜਦੋਂ ਨਹੀਂ, ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਤੋਂ ਵੀਰ ਮੇਰਾ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪੌਲ ਲਈ ਆ, ਕੀ ਗੁਰੂ ਮਹਾਰਾਜ ਦੇ ਵਿੱਚ ਸਿੱਖੀ ਨਹੀਂ? ਜਦੋਂ ਕੌਮ ਨੇ ਸਿਹਾਸ ਲੜਿਆ ਨਾ, ਕੌਮ ਨੇ ਸਿਹਾਸ ਲੜਿਆ, ਹਾਂ, ਉਹ ਕੌਮ ਦੇ ਸਿਹਾਸ ਦੇ ਵਿੱਚ ਲੜਨ ਵਾਲੇ ਮਰਨ ਵਾਲੇ ਕੌਮ ਸੀ ਪਤਾ? ਉਹ ਤੇਰੇ ਵਰਗੇ ਕਿੰਤੂ ਪ੍ਰਿੰਤੂ ਕਰਨ ਵਾਲੇ ਨਹੀਂ, ਉਹ ਸ਼ਰਧਾ ਵਾਲੇ ਸੀ, ਉਹ ਤੇਰੇ ਵਰਗੇ ਨਹੀਂ, ਉਹ ਸ਼ਰਧਾ ਵਾਲੇ ਸੀ, ਉਹ ਗੁਰੂ ਘਰ ਦੇ ਅੱਗੇ ਸੀਸ ਭੇਟ ਕਰਨਾ ਜਾਣਦੇ ਸੀ, ਤੁਹਾਡੇ ਵਾਂਗੂ ਕਿੰਤੂ ਪ੍ਰਿੰਤੂ ਨਹੀਂ ਕਰਨਾ ਜਾਣਦੇ। ਤੁਸੀਂ ਉਹ ਵੀਰ ਮੇਰਿਆ ਜਿੰਨਾ ਜਿੰਨਾ ਸ਼ਹੀਦੀਆਂ ਦਿੱਤੀਆਂ ਨਾ,
ਜਿਨ੍ਹਾਂ ਸਹਿਜਧਾਰੀ ਵੀਰਾਂ ਨੇ ਸ਼ਹੀਦੀਆਂ ਦਿੱਤੀਆਂ ਉਹਨਾਂ ਦੇ ਚਰਨਾਂ ਵਰਗੇ ਬਣੀਆਂ ਸੀ ਉਹ ਤੁਹਾਡੇ ਵਾਂਗੂ ਕਿੰਤੂ ਪ੍ਰਿੰਤੂ ਨਹੀਂ ਕਰਦੇ ਸਮਰਪਿਤ ਹੀ ਗੁਰੂ ਨੂੰ। ਅੱਜ ਤੁਹਾਡੀ ਜਿਹੜੀ ਮਾਨਸਿਕਤਾ ਵਾ ਨਾ, ਤੁਹਾਡੀ ਮਾਨਸਿਕਤਾ ਖਰਾਬ ਹੋ ਚੁੱਕੀ ਵੀਰ। ਵੀਰ ਮੈਂ ਮੇਰਾ ਖਾਲਸਾ ਪੰਥ ਦਾ, ਸਾਰਾ ਮੁਲਕ ਹੀ ਖਾਲਸਾ ਪੰਥ ਦਾ, ਦੱਸ ਤੂੰ ਕੀ ਲੈਣਾ ਮੇਰੇ ਤੋਂ, ਤੂੰ ਮੇਰੇ ਗੱਲਾਂ ਦੇ ਜਵਾਬ ਦੇ। ਵੀਰ ਮੇਰਿਆ ਮੈਂ ਕੀ ਪਤਾ ਤੇਰੇ ਨਾਲ ਦੇ ਪਿੰਡੋਂ ਨੀ ਬੋਲਦਾ। ਵੀਰ ਮੇਰਿਆ ਤੂੰ ਕਰ ਤੇ ਰਿਹਾ ਲੋਕਾਂ ਨੂੰ ਚਵਲਾ ਮਾਰ ਤੇ ਰਿਹਾ, ਤੂੰ ਅਸੀਂ ਇਹ ਸੰਘਰਸ਼ ਹੀ ਆ ਵੇਖ ਲਾ, ਹੁਣ ਤੂੰ ਜਵਾਬ ਇੱਕ ਦਾ ਗੱਲ ਦਾ ਜਵਾਬ ਨੀ ਦਿੱਤਾ, ਇੱਕ ਗੱਲ ਦਾ ਜਵਾਬ ਨੀ ਤੇਰੇ ਕੋਲ ਦੇ ਹੋਇਆ। ਟੀਵੀ ਤੇ ਚਵਲਾ ਮਾਰਨੀਆਂ ਬੜੀਆਂ ਔਖੀਆਂ, ਗਰਾਊਂਡ ਲੈਵਲ ਤੇ ਜਵਾਬ ਦੇਣੇ ਔਖੇ ਵੀਰ। ਹਾਂਜੀ ਹਾਂਜੀ ਦੱਸੋ ਵੀਰ, ਤੂੰ ਕਿਹੜਾ ਲੜਿਆ ਦੱਸਦੀ ਵੀਰ, ਅਸੀਂ ਨੀ ਜਾਂਦੇ, ਅਸੀਂ ਇੱਥੇ ਹੀ ਆ, ਟੈਨਸ਼ਨ ਨਾ ਲੈ ਤੂੰ, ਅਸੀਂ ਇੱਥੇ ਹੀ ਆ, ਸਾਡੀ ਹਰ ਨਿਗਾਹ, ਸਾਡੀ ਹਰ ਪਹਿਲੂ ਦੇ ਵੀਰ ਮੇਰੇ ਸਾਡੀ ਨਿਗਾਹ ਹੁੰਦੀ ਆ, ਹਰ ਪਹਿਲੂ ਦੇ ਆ, ਤੂੰ ਇੱਕ ਚਵਲ ਮਾਰੀ ਤੈਨੂੰ ਫੋਨ ਲਾ ਲਿਆ ਨਾ, ਨੰਬਰ ਲੱਭ ਗਏ, ਹੁਣ ਜਵਾਬ ਦੇ ਤੂੰ। ਉਹ ਰੱਖਾਂਗੇ ਵੀਰ ਮੇਰਾ, ਰੱਖਾਂਗੇ, ਗੁਰੂ ਮਹਾਰਾਜ ਜੀ ਨੇ ਸਾਨੂੰ ਪੂਰੇ ਵਰਲਡ ਦਾ ਰਾਜ ਦਿੱਤਾ। ਵੀਰ ਮੇਰਾ ਸ਼ਰਧਾ ਵਾ ਤੁਹਾਡੇ ਵਾਂਗੂ, ਉਹਨਾਂ ਦਾ ਸਤਿਕਾਰ ਕਰਦੇ, ਕਰ ਤਰਕ ਨੀ ਕਰਦੇ ਗੁਰੂ ਘਰ ਦੀ ਨਿਤ ਮਰਿਆਦਾ ਦੇ। ਆਵਾਂਗੇ ਆਵਾਂਗੇ, ਤੈਨੂੰ ਦੱਸ ਕੇ ਥੋੜੀ ਆਉਣਾ ਵਾ। ਉਹ ਵੀਰ ਮੇਰਿਆ ਤੈਨੂੰ ਦੱਸ, ਜਿਹੜੇ ਮਸਲੇ ਤੇ ਤੂੰ ਚਵਲ ਮਾਰੀ ਉੱਤੇ ਆ, ਹੁਣ ਤੂੰ ਬਾਹਰ ਦੇ ਮੁਲਕਾਂ ਵੱਲ ਕਿਉਂ ਭੱਜ ਰਿਹਾ ਯਾਰ? ਤੂੰ ਮਾਰੀਆਂ ਤਿੰਨ ਵੇਖ ਲਾ ਤੇਰੇ ਸਾਹਮਣੇ ਆ, ਤੈਨੂੰ ਮੈਂ ਤਿੰਨੇ ਚੋਵੇਂ ਦੱਸਤੀਆਂ, ਹੁਣ ਤੂੰ ਇੱਕ ਮਸਲੇ ਦਾ ਤੇ ਹੱਲ ਨੀ ਕੱਢਦਾ। ਦੱਸ, ਚੱਲ ਆ ਜਾਗਾ, ਆਵਾਂਗਾ ਆਵਾਂਗਾ ਜ਼ਰੂਰ, ਭੱਜੀ ਨਾ ਫਿਰ ਮੇਰਾ ਵੀਰ, ਨਾਲੇ ਉਹ ਜਿਹੜੀ ਪਹਿਲਾਂ ਆਡੀਓ ਚ ਤੂੰ ਕਿਹਾ ਹਜ਼ੂਰ ਸਾਹਿਬ ਬੱਕਰੇ ਵੱਢਦੇ, ਜੇ ਕਿਤੇ ਲੱਤਾਂ ਭਾਰ ਝੱਲਣਗੀਆਂ ਨਾ, ਉੱਥੇ ਜਾ ਕੇ ਸਿੰਧੀ ਸਿੱਖਾਂ ਨੂੰ ਸਵਾਲ ਕਰੀਏ, ਕਰੀ ਕਰੀ ਫਿਰ ਉੱਥੇ ਜਾ ਕੇ ਵਿਰੋਧ ਕਰੀ, ਫਿਰ ਤੈਨੂੰ ਦੱਸਣਗੇ ਉਹ ਜਿਹੜੇ ਗੁਰੂ ਦੇ ਪਿਆਰੇ ਆ ਨਾ, ਜਿਹੜੇ ਗੁਰੂ ਵੀਰ ਵੀਰ ਅਸੀਂ ਸੋਧਾ ਲਾਉਣ ਦੀ ਨੀ ਗੱਲ ਕਰਦੇ, ਅਸੀਂ ਆਨੇ ਪਹਿਲਾਂ ਆਪ ਆਪਣਾ ਆਪ ਸੁਧਾਰੋ, ਦੁਨੀਆਂ ਬਾਅਦ ਚ ਸੁਧਾਰੋ। ਰੱਜੀ ਇਹ ਕਿਹੜੀ ਤੁਹਾਡੀ ਸਿੱਖੀ ਦੱਸ ਦੋ ਜਿਹੜੇ ਹਿਸਾਬ ਨਾਲ ਤੁਸੀਂ ਸੁਧਾਰਨਾ, ਪਹਿਲਾਂ ਆਪ ਤੇ ਸਿੱਖੀ ਚ ਦਾਖਲ ਹੋ ਜਾਓ। ਮੈਂ ਵੀ ਤੈਨੂੰ ਵੀਰ ਮੇਰਿਆ ਮੈਂ ਤੈਨੂੰ ਜਿਹੜੀ ਗੱਲ ਕਹੀ ਆ ਵੀ ਤੂੰ ਆ ਨਾ ਮੇਰੇ ਅੰਦਰ ਸਿੱਖੀ ਆ, ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਪਿਆ ਕੇ ਤੇ ਫਿਰ ਆਪ ਛਕੀ, ਕੀ ਗੁਰੂ ਮਹਾਰਾਜ ਜੀ ਦੇ ਵਿੱਚ ਸਿੱਖੀ ਨੀ, ਉਹਨਾਂ ਕਿਉਂ ਛਕੀ? ਤੂੰ ਮੇਰੀ ਗੱਲ ਦਾ ਜਵਾਬ ਦੇ, ਤੂੰ ਆਪਣੇ ਆਪ ਨੂੰ ਸੱਚਾ ਸਾਬਤ ਕਰਦਾ ਵੀ ਮੇਰੇ ਅੰਦਰ ਸਿੱਖੀ ਦੀ ਦਰਦ ਆ, ਮੇਰੇ ਅੰਦਰ ਸਿੱਖੀ ਦਾ ਪ੍ਰੇਮ ਆ, ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਛਕਾਈ ਆ, ਉਹ ਤੋਂ ਬਾਅਦ ਗੁਰੂ ਮਹਾਰਾਜ ਜੀ ਨੇ ਕਿਉਂ ਖੰਡੇ ਬਾਟੇ ਦੀ ਪੌਲ ਲਈ? ਦੱਸ ਕਿਉਂ ਜ਼ਰੂਰੀ? ਗੱਲਾਂ ਦਾ ਪ੍ਰੇਮ ਨਹੀਂ ਆ ਵੀਰ, ਸਾਡੇ ਅੰਦਰ ਵੀ ਪ੍ਰੇਮ ਹੈ, ਸਾਡੇ ਬਾਹਰ ਵੀ ਪ੍ਰੇਮ ਹੈ, ਤੁਹਾਡੇ ਵਾਂਗੂ ਲੋਕਾਂ ਦਾ ਖਿੱਚਦੇ ਅਸੀਂ, ਆਹੋ ਏਦਾਂ ਹੀ ਆਉਂਦੇ ਹੁੰਦੇ, ਹੁਣ ਕੰਮ ਦੀ ਚੀਜ਼ ਨੀ ਸੁਣਦੀ ਹੁੰਦੀ ਤੁਹਾਨੂੰ, ਮੈਂ ਤੈਨੂੰ ਦੱਸ ਰਿਹਾ ਵੀ ਤੂੰ ਮੈਨੂੰ ਦੱਸ ਵੀ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ, ਫਿਰ ਆਪ ਛਕਿਆ, ਕੀ ਗੁਰੂ ਮਹਾਰਾਜ ਜੀ ਅੰਦਰ ਸਿੱਖੀ ਨਹੀਂ? ਤੈਨੂੰ ਮੈਂ ਕਹਿ ਰਿਹਾ, ਤੈਨੂੰ ਮੈਂ ਗੱਲ ਕਹਿ ਰਿਹਾ ਵੀ ਜਦੋਂ ਕਲਗੀਧਰ ਦਸ਼ਮੇਸ਼ ਪਿਤਾ ਨੇ ਪੰਜਾਂ ਪਿਆਰਿਆਂ ਨੂੰ ਖੰਡੇ ਬਾਟੇ ਦੀ ਪੌਲ ਬਖਸ਼ੀ ਸੀਸ ਲੈ ਕੇ, ਮਗਰੋਂ ਗੁਰੂ ਮਹਾਰਾਜ ਜੀ ਨੇ ਪੰਜਾਂ ਪਿਆਰਿਆਂ ਕੋ ਆਪ ਅੰਮ੍ਰਿਤ ਛਕਿਆ, ਕੀ ਗੁਰੂ ਮਹਾਰਾਜ ਜੀ ਚ ਸਿੱਖੀ ਨਹੀਂ? ਤੁਹਾਡੇ ਚ ਗੁਰੂ ਮਹਾਰਾਜ ਜੀ ਨੂੰ ਵਾਧਾ ਕੀ ਜਿਹੜੀ ਤੁਸੀਂ ਖੰਡੇ ਬਾਟੇ ਦੀ ਪੌਲ ਨਹੀਂ ਲੈਂਦੇ? ਤੂੰ ਮੇਰੀ ਗੱਲ ਦਾ ਜਵਾਬ ਦੇ ਵੀਰ ਮੇਰਾ, ਤੂੰ ਕਹਿ ਰਿਹਾ ਮੇਰੇ ਅੰਦਰ ਸਿੱਖੀ ਆ, ਮੈਂ ਤੈਨੂੰ ਸਵਾਲ ਕਰ ਰਿਹਾ, ਮੈਨੂੰ ਮੇਰੇ ਗੁਰੂ ਨੇ ਦਿੱਤਾ,
मेरे गुरु ने दोवां चीजा नूं गद्दी दित्ती, मेरे गुरु ने दोवां चीजा नूं गद्दी दित्ती, खालसा पंथ नूं ते गुरु ग्रंथ नूं। तूं जे एड्डा सियाणा ना तां तूं आ के इत्थे गुरबाणी ते विचार कर, सामणे आ जा बहि जा, मैं तैनूं उन्नां ते नहीं गल्लां हुंदियां ओ वीर मेरा, गल तैनूं कोई आउंदी नहीं, कदे गुरबाणी पढ़ लिया करो, गुरु महाराज दी नित मर्यादा ते किंतू त्रिंतू ना करिया करो, हथ जोड़ के बेनती है तुहानूं, ओए हथ जोड़ ओ लखे भरावा, ओ लखे भरा मैं तैनूं कह रहा भी हथ जोड़ के बेनती है भी गुरु घर दे कंसैप्ट दे उत्ते किंतू परिंतू ना करिया करो, अपनियां रोटियां खा रोटियां बाजे जिहड़ी तुहानू बाहरों दो चार टुकड़ पैंदे आ ना ओह खाई जाओ, खालसा पंथ नाल मत्था ना लाओ। अपने शीस अर्पण करके भी सत्कार बहाल करना जानदे आ, तुहाडे अर्गे चवलां दी लोड़ नहीं सानू, अहीं गुरु घर दे सत्कार दे लई ना कनेडा अमेरिका तो उदों भी अपने घर बार छड्ड के संघर्ष च आए हां, पर जिहड़े सहजधारी वीरां ने उदों कुर्बानियां दित्तियां ਡੇਰ ਗਏ ਚਵਲ।